ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਡਾਕਟਰ ਨਵਦੀਪ ਸਿੰਘ ਨੰਦਾ, ਮੈਂ ਇੱਕ ਥੋਰੈਸਿਕ ਸਰਜੀਕਲ ਓਨਕੋਲੋਜਿਸਟ ਹਾਂ ਐਟ ਅਮਨਦੀਪ ਮੈਡੀਸਿਟੀ ਹੋਸਪਿਟਲ ਅੰਮ੍ਰਿਤਸਰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੰਗ ਕੈਂਸਰ ਜਾਂ ਫੇਫੜਿਆਂ ਦਾ ਕੈਂਸਰ ਆਦਮੀਆਂ ਵਿੱਚ ਹੋਣ ਵਾਲੀ ਸੈਕਿੰਡ ਮੋਸਟ ਕਾਮਨ ਕੈਂਸਰ ਦੀ ਬਿਮਾਰੀ ਹੈ ਔਰ ਔਰਤਾਂ ਦੇ ਵਿੱਚ ਤੀਸਰੇ ਨੰਬਰ ਤੇ ਹੋਣ ਵਾਲੀ ਸਭ ਤੋਂ ਜ਼ਿਆਦਾ ਕਾਮਨ ਕੈਂਸਰ ਦਾ ਰੋਗ ਹੈ। ਅਧਿਕਤਰ ਇਹ ਬਿਮਾਰੀ ਜਿਹੜੀ ਹੈ ਸਮੋਕਿੰਗ ਕਰਨ ਵਾਲੇ ਮਰੀਜ਼ਾਂ ਵਿੱਚ ਪਾਈ ਜਾਂਦੀ ਹੈ, ਪਰ ਅੱਜ ਕੱਲ੍ਹ ਦੀ ਜਿਹੜੀ ਸਟੱਡੀਜ਼ ਹੈ ਔਰ ਜਿਸ ਤਰ੍ਹਾਂ ਦਾ ਟ੍ਰੈਂਡ ਅਸੀਂ ਮਰੀਜ਼ਾਂ ਦੇ ਵਿੱਚ ਦੇਖ ਰਹੇ ਹਾਂ, ਨੋਨ ਸਮੋਕਰਸ ਦੇ ਵਿੱਚ ਵੀ ਲੰਗ ਕੈਂਸਰ ਕਾਫੀ ਜ਼ਿਆਦਾ ਫੈਲ ਰਿਹਾ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਹੀ ਤੁਹਾਨੂੰ ਲੰਗ ਕੈਂਸਰ ਜਾਂ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ, ਨੋਨ ਸਮੋਕਰਸ ਨੂੰ ਵੀ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ, ਕਿਉਂਕਿ ਅੱਜ ਕੱਲ੍ਹ ਸਾਡੇ ਆਸ ਪਾਸ ਬਹੁਤ ਜ਼ਿਆਦਾ ਪੋਲਿਊਸ਼ਨ ਹੈ, ਬਹੁਤ ਜ਼ਿਆਦਾ ਐਕਟਿਵ ਰੇਡੀਏਸ਼ਨ ਐਕਸਪੋਜ਼ਰ ਹੈਗਾ ਵੈ, ਜਿਹਦੇ ਕਾਰਨ ਫੇਫੜਿਆਂ ਦਾ ਕੈਂਸਰ ਦਾ ਇੰਸੀਡੈਂਸ ਜਿਹੜਾ ਵੈ ਵੱਧਦਾ ਜਾ ਰਿਹਾ ਹੈ। ਜੇ ਤੁਹਾਡੀ ਛਾਤੀ ਦੇ ਵਿੱਚ ਵਾਰ ਵਾਰ ਪਾਣੀ ਭਰ ਰਿਹਾ ਹੈ, ਜੇ ਤੁਹਾਡੇ ਐਕਸਰੇ ਦੇ ਵਿੱਚ ਇੱਕ ਗਿਲਟੀ ਦਾ ਦਾਗ ਨਜ਼ਰ ਆ ਰਿਹਾ ਹੈ, ਜੇ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਔਰ ਛਾਤੀ ਵਿੱਚ ਦਰਦ ਉੱਠ ਰਹੀ ਹੈ, ਜੇ ਤੁਹਾਨੂੰ ਖਾਂਸੀ ਕਰਨ ਦੇ ਵਿੱਚ ਖੂਨ ਆ ਰਿਹਾ ਹੈ, ਤਾਂ ਇਹ ਹੋ ਸਕਦਾ ਹੈ ਕਿ ਫੇਫੜਿਆਂ ਦੇ ਕੈਂਸਰ ਦਾ ਇੱਕ ਲੱਛਣ ਹੋਵੇ। ਇਸ ਚੀਜ਼ ਨੂੰ ਸਾਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਤੁਰੰਤ ਆਪਣੇ ਨੇੜੇ ਦੇ ਡਾਕਟਰ ਨਾਲ ਸੰਪਰਕ ਕਰਕੇ ਇਹਨੂੰ ਟੈਸਟ ਕਰਾਉਣਾ ਚਾਹੀਦਾ ਹੈ। ਜੇ ਤੁਹਾਨੂੰ ਡਾਊਟ ਹੈ ਕਿ ਜੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਫੇਫੜਿਆਂ ਦਾ ਕੈਂਸਰ ਦਾ ਰੋਗ ਹੋਇਆ ਹੈ ਜਾਂ ਮੂੰਹ ਦੇ ਰਸਤੇ ਦਾ ਕੈਂਸਰ ਦਾ ਰੋਗ ਹੋਇਆ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਇਸ ਕੈਂਸਰ ਦੇ ਹੋਣ ਦੀ ਟੈਂਡੈਂਸੀ ਹੋਵੇ। ਇਹੋ ਜਿਹੇ ਮਰੀਜ਼ਾਂ ਨੂੰ ਟਾਈਮ ਟੂ ਟਾਈਮ ਆਪਣੇ ਟੈਸਟ ਕਰਾ ਲੈਣੇ ਚਾਹੀਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ, ਤਨ ਦਾ ਕੈਂਸਰ, ਬੱਚੇਦਾਨੀ ਦਾ ਮੂੰਹ ਦਾ ਕੈਂਸਰ, ਓਰਲ ਕੈਂਸਰ, ਇਹਨਾਂ ਸਾਰਿਆਂ ਲਈ ਬਹੁਤ ਸਾਰੀ ਸਕਰੀਨਿੰਗ ਟੈਸਟ ਅਵੇਲੇਬਲ ਹਨ, ਟੂਲਸ ਅਵੇਲੇਬਲ ਹਨ, ਤਾਂ ਅਸੀਂ ਇਹਨਾਂ ਨੂੰ ਟਾਈਮਲੀ ਟੈਸਟਿੰਗ ਕਰਕੇ ਪ੍ਰੀਵੈਂਟ ਵੀ ਕਰ ਸਕਦੇ ਹਾਂ ਔਰ ਆਪਣੇ ਆਪ ਨੂੰ ਜਾਗਰੂਕ ਵੀ ਰੱਖ ਸਕਦੇ ਹਾਂ ਕਿ ਕਿਧਰੇ ਕੋਈ ਬਿਮਾਰੀ ਬਣਤੇ ਰਹੀ ਹੈ। ਇਸ ਤਰ੍ਹਾਂ ਹੀ ਫੇਫੜਿਆਂ ਦੇ ਕੈਂਸਰ ਦੇ ਵਿੱਚ ਲੋ ਡੋਜ਼ ਸੀਟੀ ਦੇ ਬਹੁਤ ਜ਼ਿਆਦਾ ਰੋਲ ਹੈ, LDCT ਜਿਹਨੂੰ ਕਿਹਾ ਜਾਂਦਾ ਹੈ। ਕਿਹੜੇ ਕਿਹੜੇ ਮਰੀਜ਼ਾਂ ਨੂੰ ਕੈਂਸਰ ਦੀ ਸਕਰੀਨਿੰਗ ਕਰਾਉਣੀ ਚਾਹੀਦੀ ਹੈ? ਗਾਈਡਲਾਈਨਸ ਕਹਿੰਦੀਆਂ ਹਨ ਕੋਈ ਵੀ ਮਰੀਜ਼ ਜਿਹੜਾ 50 ਤੋਂ 70 ਸਾਲ ਦੀ ਉਮਰ ਦੇ ਵਿੱਚ ਹੈ, ਜਿਹਨੇ 20 ਸਾਲ ਤੋਂ ਉੱਪਰ ਘੱਟੋ ਘੱਟ ਇੱਕ ਬੀੜੀ ਦਾ ਜਾਂ ਸਿਗਰਟ ਦਾ ਪੈਕ ਡੇਲੀ ਪੀਤਾ ਹੈ, ਉਹਨਾਂ ਪੇਸ਼ੈਂਟਸ ਨੂੰ ਹਰ ਸਾਲ ਆਪਣਾ LDCT ਸਕਰੀਨਿੰਗ ਕਰਾਉਣਾ ਚਾਹੀਦਾ ਹੈ। ਜਾਂ ਜਿਹੜੇ ਮਰੀਜ਼ 50 ਸਾਲ ਤੋਂ ਉੱਪਰ ਦੇ ਹਨ ਔਰ ਪਿਛਲੇ 20 ਤੋਂ 30 ਸਾਲਾਂ ਤੋਂ ਸਿਗਰਟ ਪੀ ਰਹੇ ਹਨ, ਉਹਨਾਂ ਨੂੰ ਆਪਣਾ ਐਨੁਅਲੀ ਯਾਨੀ ਕਿ ਸਾਲਾਨਾ CT ਸਕੈਨ ਸਕਰੀਨਿੰਗ ਕਰਾਉਣੀ ਚਾਹੀਦੀ ਹੈ। ਲੰਗ ਕੈਂਸਰ ਜਾਂ ਫੇਫੜੇ ਦੇ ਕੈਂਸਰ ਦਾ ਡਾਇਗਨੋਸਿਸ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ? ਬਹੁਤ ਸਾਰੇ ਨੋਨ ਇਨਵੇਸਿਵ ਤਰੀਕੇ ਹੁੰਦੇ ਨੇ ਜਾਂ ਇਨਵੇਸਿਵ ਤਰੀਕੇ ਹੁੰਦੇ ਨੇ ਜਿਹਨਾਂ ਨਾਲ ਅਸੀਂ ਲੰਗ ਕੈਂਸਰ ਦਾ ਡਾਇਗਨੋਸਿਸ ਕਰ ਸਕਦੇ ਹਾਂ, ਜਿਵੇਂ ਕਿ ਦੂਰਬੀਨ ਰਾਹੀਂ ਫੇਫੜਿਆਂ ਦੀ ਜਾਂਚ ਕਰਨਾ, ਜਿਹਨੂੰ ਕਿ ਬ੍ਰੌਂਕੋਸਕੋਪੀ ਕਿਹਾ ਜਾਂਦਾ ਹੈ, ਜਿਹਦੇ ਨਾਲ ਅਸੀਂ ਅੰਦਰ ਜੇ ਕੋਈ ਗਿਲਟੀ ਹੈ ਜਾਂ ਮਾਸ ਹੈ ਉਹਦੇ 'ਚੋਂ ਛੋਟਾ ਜਿਹਾ ਪੀਸ ਲੈ ਸਕਦੇ ਹਾਂ। ਜੇ ਛਾਤੀ ਵਿੱਚ ਪਾਣੀ ਬਣਿਆ ਹੋਇਆ ਹੈ ਤਾਂ ਛਾਤੀ ਦੀ ਦੂਰਬੀਨ ਦੀ ਜਾਂਚ, ਜਿਹਨੂੰ ਕਿ ਆਪਾਂ ਥੋਰੈਕੋਸਕੋਪੀ ਕਹਿੰਦੇ ਹਾਂ, ਉਹ ਕਰਕੇ ਵੀ ਅਸੀਂ ਕੈਂਸਰ ਦਾ ਡਾਇਗਨੋਸਿਸ ਬਣਾ ਸਕਦੇ ਹਾਂ। ਲੰਗ ਕੈਂਸਰ ਨੂੰ 4 ਸਟੇਜਾਂ ਵਿੱਚ ਵੰਡਿਆ ਗਿਆ ਹੈ, ਸਟੇਜ 1, 2, 3 ਅਤੇ 4। ਸਟੇਜ 1 ਅਤੇ 2 ਦੇ ਵਿੱਚ ਔਰ ਅਰਲੀ ਸਟੇਜ 3, that is 3A, ਇਹਦੇ ਵਿੱਚ ਸਰਜਰੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ। ਸਟੇਜ 3B, 3C ਔਰ 4 ਦੇ ਵਿੱਚ ਸਰਜਰੀ ਦਾ ਰੋਲ ਨਹੀਂ ਹੈ, ਇਹਦੇ ਵਿੱਚ ਅਸੀਂ ਕੀਮੋਥੈਰੇਪੀ ਔਰ ਰੇਡੀਏਸ਼ਨ ਥੈਰੇਪੀ ਨਾਲ ਟ੍ਰੀਟ ਕਰਦੇ ਹਾਂ। ਕੀਮੋਥੈਰੇਪੀ ਕੀ ਚੀਜ਼ ਹੈ? ਕੀਮੋਥੈਰੇਪੀ ਇੱਕ ਤਰ੍ਹਾਂ ਦੀ ਦਵਾਈ ਹੀ ਹੈ ਜਿਹਨੂੰ ਅਸੀਂ ਨਸਾਂ ਰਾਹੀਂ ਦਿੰਦੇ ਹਾਂ ਤਾਂ ਕਿ ਕੈਂਸਰ ਦੇ ਸੈੱਲ ਨੂੰ ਮਾਰਿਆ ਜਾ ਸਕੇ ਔਰ ਕੈਂਸਰ ਦੀ ਗਿਲਟੀ ਨੂੰ ਸੁਕਾਇਆ ਜਾ ਸਕੇ। ਔਰ ਰੇਡੀਏਸ਼ਨ ਥੈਰੇਪੀ ਕੀ ਚੀਜ਼ ਹੈ? ਰੇਡੀਏਸ਼ਨ ਥੈਰੇਪੀ ਇੱਕ ਤਰ੍ਹਾਂ ਦੀ ਕਿਰਨਾਂ ਦੀ ਟ੍ਰੀਟਮੈਂਟ ਹੈ ਜਿਹਦੇ ਵਿੱਚ ਮਰੀਜ਼ ਨੂੰ ਇੱਕ CT ਸਕੈਨ ਵਰਗੀ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਹੈ ਔਰ ਇਮੇਜ ਗਾਈਡਡ ਉਸ ਜਿਹੜਾ ਕੈਂਸਰ ਦੀ ਗਿਲਟੀ ਹੁੰਦੀ ਹੈ ਉਹਦੇ ਉੱਤੇ ਖਾਸ ਤਰ੍ਹਾਂ ਦੀ ਕਿਰਨਾਂ ਸੁੱਟੀਆਂ ਜਾਂਦੀਆਂ ਹਨ ਤਾਂ ਕਿ ਕੈਂਸਰ ਨੂੰ ਸੁਕਾ ਕੇ ਖਤਮ ਕੀਤਾ ਜਾ ਸਕੇ। ਅੱਜ ਦੀ ਡੇਟ ਵਿੱਚ 80-85% ਮਰੀਜ਼ ਜਿਹੜੇ ਲੰਗ ਕੈਂਸਰ ਦੇ ਡਾਇਗਨੋਸ ਹੋ ਰਹੇ ਨੇ ਹਿੰਦੁਸਤਾਨ ਵਿੱਚ, ਉਹਨਾਂ ਵਿੱਚ ਬਿਮਾਰੀ ਹੈ ਸਟੇਜ 4 ਵਿੱਚ ਡਾਇਗਨੋਸ ਹੋ ਰਹੀ ਹੈ, ਕਿਉਂਕਿ ਇਨੀਸ਼ੀਅਲ ਸਟੇਜਸ ਤੇ ਐਕਸਰੇ ਦੇ ਵਿੱਚ ਆਉਣ ਵਾਲੇ ਜਿਹੜੇ ਦਾਗ ਹਨ ਜਾਂ ਇਨੀਸ਼ੀਅਲ ਸਟੇਜ ਤੇ ਹੋਣ ਵਾਲੇ ਜਿਹੜੇ ਲੱਛਣ ਹਨ
ਉਹਨਾਂ ਨੂੰ ਮਰੀਜ਼ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਕੋਈ ਦਿੱਕਤ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਕੋਈ ਦਿੱਕਤ ਹੈ ਤਾਂ ਉਹਨੂੰ ਟਾਈਮਲੀ ਡਾਇਗਨੋਸ ਕੀਤਾ ਜਾਵੇ, ਕਿਸੇ ਵੀ ਤਰ੍ਹਾਂ ਦੇ ਐਕਸਰੇ ਵਿੱਚ ਆਉਣ ਵਾਲੇ ਦਾਗ ਧੱਬੇ ਨੂੰ ਟੀਬੀ ਨਾ ਸਮਝ ਕੇ ਇਲਾਜ ਕੀਤਾ ਜਾਵੇ ਜਦ ਤੱਕ ਉਹਨੂੰ ਸਾਬਿਤ ਨਾ ਕਰ ਦਿੱਤਾ ਜਾਵੇ। ਕਿਸੇ ਵੀ ਤਰ੍ਹਾਂ ਦੇ ਛਾਤੀ ਦੇ ਲੱਛਣ ਨੂੰ ਅਸੀਂ ਲਾਈਟਲੀ ਨਾ ਲੈਂਦੇ ਹੋਏ ਟਾਈਮਲੀ ਉਹਨੂੰ ਡਾਇਗਨੋਸ ਕਰਾਈਏ, ਅਤੇ ਜੇ ਕੋਈ ਵੀ ਇਸ ਬਿਮਾਰੀ ਤੋਂ ਸ਼ਤੀਗ੍ਰਸਤ ਹੁੰਦਾ ਹੈ ਤਾਂ ਟਾਈਮਲੀ ਅਸੀਂ ਉਹਨੂੰ ਡਾਇਗਨੋਸ ਕਰਕੇ ਟ੍ਰੀਟ ਕਰਕੇ ਉਹਨੂੰ ਬਿਮਾਰੀ ਤੋਂ ਮੁਕਤੀ ਦਿਲਾ ਸਕਦੇ ਹਾਂ। ਅੱਜ ਅਸੀਂ ਗੱਲ ਕੀਤੀ ਹੈ ਲੰਗ ਕੈਂਸਰ ਯਾਨੀ ਕਿ ਫੇਫੜਿਆਂ ਦੇ ਕੈਂਸਰ ਬਾਰੇ, ਹੁਣ ਵਾਲੇ ਕਾਮਨ ਸਾਈਨਸ ਐਂਡ ਸਿੰਪਟਮਸ ਦੀ, ਕਿਸ ਤਰ੍ਹਾਂ ਉਹਦਾ ਡਾਇਗਨੋਸਿਸ ਕੀਤਾ ਜਾ ਸਕਦਾ ਹੈ, ਕਿਹੜੇ ਸਟੇਜ ਉੱਤੇ ਕਿਹੜੀ ਟ੍ਰੀਟਮੈਂਟ ਕੀਤੀ ਜਾ ਸਕਦੀ ਹੈ, ਔਰ ਕਿਸ ਤਰ੍ਹਾਂ ਸੋਸਾਇਟੀ ਦੇ ਵਿੱਚ ਲੰਗ ਕੈਂਸਰ ਦੀ ਸਕਰੀਨਿੰਗ ਨੂੰ ਵਧਾਇਆ ਜਾ ਸਕਦਾ ਹੈ।